जालंधर के मोहल्ला मलका में हर वर्ष की तरह इस वर्ष भी पूरी परिवार की ओर से माँ चिंतपूर्णी जी के जन्म दिवस एवं स्वर्गीय सुरेंद्रपुरी की याद में माता की चौकी का आयोजन बड़ी श्रद्धा भाव से किया गया। इस अवसर पर श्री कृष्ण मुरारी मंदिर गोपाल नगर की महिला संकीर्तन मंडली सहित प्रसिद्ध भजन मंडियों ने माँ भगवती की महिमा का गुणगान कर उपस्थित भक्तों को झूमने पर विवश कर दिया। इस मौके पर पूरी परिवार की ओर से सुरेखापुरी, उनके बेटे नितिनपुरी, रितेशपुरी, निखिलपुरी, विश्वपुरी की ओर से मां चिंतपूर्णी जी के जन्मदिवस के उपलक्ष्य में केक भी काटा गया। इस अवसर पर पूर्व सीपीएस केडी भंडारी और उनकी धर्मपत्नी नीना भंडारी विशेष रूप से उन्होंने उपस्थित होकर माथा टेक आशीर्वाद प्राप्त किए। इस मौके पर सुनीता सहपाल, कंचन मदान, वीना शर्मा, सुनीता टंडन, मधु चोपड़ा, गीता खन्ना, सीमा भगत सहित अन्य भक्तजन भी उपस्थित रहे। जालंधर से हलचल के लिए कैमरामैन जगमोहन की रिपोर्ट। ਅੱਜ ਬਹੁਤ ਹੀ ਸਾਡੇ ਪਰਿਵਾਰ ਦੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਭੈਣ ਭੋਲੀ ਜੀ, ਜਿਹੜੇ ਕਿ ਹਰ ਸਾਲ ਸੋਢਲ ਮੇਲੇ ਤੋਂ ਪਹਿਲਾਂ ਮਾਂ ਚਿੰਤਪੁਰਨੀ ਦਾ ਜਨਮਦਿਨ ਮਨਾਉਂਦੇ ਆ, ਅਸੀਂ ਕੇਕ ਕੱਟ ਕੇ ਮਹਾਮਾਈ ਨੂੰ ਯਾਦ ਕਰਦੇ ਹਾਂ। ਅੱਜ ਸੰਗਤ ਔਰ ਪੰਗਤ ਦਾ ਇੱਥੇ ਮੇਲ ਹੋ ਰਿਹਾ ਔਰ ਮੈਂ ਈਸ਼ਵਰ ਅੱਗੇ ਹੀ ਪ੍ਰਾਰਥਨਾ ਕਰੂੰਗਾ ਕਿ ਸਾਡੀ ਭੈਣ ਨੂੰ ਮਹਾਰਾਜ, ਉਹਨਾਂ ਦੇ ਬੱਚਿਆਂ ਨੂੰ, ਚਾਰੋਂ ਬੇਟੇ ਬਹੁਤ ਹੀ ਨੇਕ ਹੈ, ਬਹੁਤ ਹੀ ਸਯੋਗ ਹੈ ਔਰ ਅੱਜ ਇਹਨਾਂ ਦਾ ਕਾਰੋਬਾਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਮ ਹੈ। ਅੱਜ ਸਾਡੇ ਵੀ ਸਾਡਾ ਭਰਾ ਸੁੰਦਰ ਨਹੀਂ ਹੈ, ਲੇਕਿਨ ਸਾਡੀ ਭੈਣ, ਮੈਂ ਮਹਿਸੂਸ ਕਰ ਰਿਹਾ ਇੱਕ ਬਾਪ ਦੀ ਤਰ੍ਹਾਂ ਵੀ, ਇੱਕ ਮਾਂ ਦੀ ਤਰ੍ਹਾਂ ਵੀ ਆਪਣਾ ਰੋਲ ਬਾਖੂਬੀ ਅਦਾ ਕਰ ਰਹੀ ਹੈ। ਸਾਡੀ ਭੈਣ ਦੇ ਸੰਸਕਾਰ ਬਹੁਤ ਵਧੀਆ ਮਿਲੇ ਆ ਔਰ ਆਪਣੇ ਬੱਚਿਆਂ ਚਿਹਰਾ ਨੂੰ, ਬੇਟਿਆਂ ਨੂੰ ਜਿਸ ਤਰੀਕੇ ਦਾ ਇੱਕ ਮਾਲਾ 'ਚ ਪਰੋਇਆ ਹੈ, ਮੈਂ ਮਾਂ ਅੱਗੇ ਅਰਦਾਸ ਕਰੂੰਗਾ ਕਿ ਸਾਰੇ ਇਸੇ ਤਰੀਕੇ ਦੇ ਨਾਲ ਇਹ ਚਾਰੋਂ ਭਾਈ, ਸਾਡੀ ਚਾਰੋਂ ਬੇਟੀਆਂ ਸਾਡੇ ਪਰਿਵਾਰ ਨੂੰ ਹੋਰ ਤਾਕਤ ਦੇਣ, ਸਾਡੀ ਭੈਣ ਨੂੰ ਹੋਰ ਸ਼ਕਤੀ ਮਿਲੇ, ਕਾਰੋਬਾਰ ਦੇ ਵਿੱਚ ਤਰੱਕੀ ਹੋਵੇ। ਔਰ ਮੈਂ ਦੇਖਦਾ ਕਿ ਇਹ ਮਾਂ ਦੀ ਬੜੀ ਇੱਜ਼ਤ ਕਰਦੇ ਆ, ਬੜੀ ਸੇਵਾ ਕਰਦੇ ਆ। ਮੋਂਟੂ ਨਾਲ ਕਈ ਵਾਰੀ ਗੱਲ ਹੁੰਦੀ ਆ,
ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇੱਦਾਂ ਦੇ ਪਰਿਵਾਰ ਹੈ ਜਿਹੜੇ ਕਿ ਆਪਣੀ ਮਾਂ ਨੂੰ ਆਪਣਾ ਰੱਬ ਮੰਨਦੇ ਆ। ਮੈਂ ਈਸ਼ਵਰ ਅੱਗੇ ਹੀ ਪ੍ਰਾਰਥਨਾ ਕਰੂੰਗਾ, ਸਾਡੇ ਸਾਰਿਆਂ ਦੀ ਦੁਆ, ਜਿੰਨੀਆਂ ਵੀ ਸਾਡੇ ਭੈਣਾਂ, ਸਾਡੀਆਂ ਮਾਵਾਂ, ਸਾਡੀਆਂ ਬੇਟੀਆਂ ਇਸ ਪਰਿਵਾਰ ਦੇ ਨਾਲ ਪਿਆਰ ਕਰਦੀਆਂ, ਹਰ ਸਾਲ ਮੈਂ ਦੇਖਦਾ ਸਾਰੇ ਆਪਾਂ ਇੱਕ ਸੰਗਤ ਦੇ ਰੂਪ ਵਿੱਚ ਇਕੱਠੇ ਹੁੰਦੇ ਹਾਂ।